ਕੋਈ ਮੇਰਾ ਇਸ ਕੇਸ ਨਾਲ ਕੋਈ ਲੇਖਾ ਦੇਖਾ ਨਹੀਂ। ਔਰ ਮੈਨੂੰ ਆ ਵਕੀਲ ਨੇ, ਹਿਊਮਨ ਰਾਈਟਸ ਦਾ ਇੱਕ ਵਕੀਲ ਹੈ ਜਿਹਨੇ ਮੇਰੀ ਫੇਰ ਵੇਲੇ ਵੀ ਉੱਥੇ ਜਾ ਕੇ 400 ਪੇਜ ਦਿੱਤੇ ਸੀ ਔਰ ਉਹਦਾ ਕੁਛ ਨਹੀਂ ਲੱਭਿਆ ਉਹਦੇ ਚ। ਉਹ ਇਸ ਵਕੀਲ ਨੇ ਚਰਨਜੀਤ ਵੇਰਕੇ ਨੇ ਇਹਨੂੰ ਚਿੱਠੀ ਭੇਜੀ ਕਿ ਤੂੰ ਇਹ ਘੁੱਗੀ ਮਾਰ ਕੇ ਦੇ ਦੇ। ਔਰ ਇਹ ਜੀ ਸ਼ਰਾਰਤ ਜਦੋਂ ਕਰ ਰਹੀ ਹੈ, ਜੇ ਜਹੇਦਾਰ ਕੌਂਕੇ ਸਾਹਿਬ ਦੀ ਚ ਕਰ ਸਕਦੇ, ਅਕਾਲ ਤਖ਼ਤ ਸਾਹਿਬ ਦੇ ਜਹੇਦਾਰ ਦੇ ਮਸਲੇ ਚ ਚੇਅਰਮੈਨ ਸਾਹਿਬ, ਮੈਂ ਤਾਂ ਬੜੀ ਛੋਟੀ ਜੀ ਸਮਾਲ ਫਰਾਈ ਹਾਂ, ਮੇਰੇ ਕੇਸ ਚ ਤਾਂ ਕੁਛ ਕਰ ਦੇ। ਮਗਰ ਮੈਨੂੰ ਭਾਈ ਸੱਚੇ ਪਾਤਸ਼ਾਹ ਤੇ 100% ਛੱਡੋ, ਉਸ ਘਰ ਦਾ ਮੈਂ ਕੁੱਕਰ ਹਾਂ, ਮੈਨੂੰ ਗੁਰੂ ਘਰ ਚ ਵਿਸ਼ਵਾਸ ਹੈ, ਉਸ ਕਚਹਿਰੀ ਚ ਮੈਨੂੰ ਇਨਸਾਫ ਮਿਲੂਗਾ। ਲੋਕਾਂ ਦੀ ਕਚਹਿਰੀ ਚੋਂ ਸਦਾ ਇਨਸਾਫ ਮਿਲਿਆ, ਜਿਹੜੀਆਂ ਬਣਾਈਆਂ ਹੋਈਆਂ ਲੋਕਾਂ ਦੀਆਂ ਕੋਰਟਾਂ ਨੇ ਉਹ ਚੋਂ ਇਨਸਾਫ ਮਿਲਿਆ। ਇਕੱਲੀ ਭਗਵੰਤ ਮਾਨ ਨੂੰ ਇੱਕ ਬੇਨਤੀ ਆ, ਅਗਲਾ ਚੇਅਰਮੈਨ ਸਿੱਟ ਦਾ ਪਿਓ ਦਾ ਪੁੱਤਾ ਜੀ ਲੱਤਾਂ ਤੇ ਜਾਣਾ, ਤੂੰ ਆਪ ਬਣੀ, ਅਫਸਰਾਂ ਨੂੰ ਮੋਹਰੇ ਨਾ ਵਰਤ, ਦੋ ਦੋ ਹੱਥ ਸਿੱਧੇ ਕਰਾਂਗੇ। ਪਹਿਲੀ ਵਾਰੀ ਵੀ ਤੈਨੂੰ ਪਹਿਲੇ ਦਿਨ ਵੀ ਕਿਹਾ ਸੀ, ਅੱਜ ਵੀ ਚੈਲੰਜ ਕਰਦਾ, ਜੇ ਲੱਤਾਂ 'ਚ ਜਾਣ ਹੈ ਮਾਸਟਰ ਮਹਿੰਦਰ ਦਾ ਮੁੰਡਾ ਅਗਲੀ ਵਾਰੀ ਚੇਅਰਮੈਨ ਸਿੱਟ ਆਪ ਬਣੇ, ਦੋ ਦੋ ਹੱਥ ਸਿੱਧੇ ਕਰ ਲਾਂਗੇ। ਕਿਹੋ ਜਿਹੀ ਫਜ਼ੂਲ ਦਾ, ਔਰ ਕੇਜਰੀਵਾਲ ਸਾਹਿਬ ਨੂੰ ਕਿ ਭਾਊ ਘਬਰਾਉਣ ਦੀ ਲੋੜ ਨਹੀਂ, ਇਹ ਤੈਨੂੰ ਠੋਕਣ ਨੂੰ ਫਿਰਦੇ, ਤੇਰਾ ਭਗਵੰਤ ਮਾਨ ਤੇਰਾ ਵੀਰ ਤੇਰੇ ਨਾਲ ਚੱਲੂ, ਤਿੰਨ ਨੂੰ ਜਾਣਾ ਉਹ ਦੱਸ ਦੀ, ਆਹ ਤਿੰਨ ਨੂੰ ਇਹ ਮੈਨੂੰ ਨਾ ਸੱਦਣ, ਮੈਂ ਉਹਦੇ ਨਾਲ ਜਾਊਂਗਾ, ਚਾਰ ਨੂੰ ਜੋ ਸੱਦਣਾ ਚਾਰ ਨੂੰ ਸੱਦ ਲੈਣ, ਪੰਜ ਨੂੰ ਸੱਦਣਾ ਪੰਜ ਨੂੰ ਸੱਦ ਲੈਣ, ਮਗਰ ਹਾਈਕੋਰਟ ਦੇ ਆਰਡਰ ਜ਼ਰੂਰ ਪੜ੍ਹਨਾ। ਧੰਨਵਾਦ। ਅਮਰ ਉਜਾਲਾ ਅਬ ਆਪਕੇ ਟੀਵੀ ਪਰ ਵੀ, ਆਪਣੇ ਸਮਾਰਟ ਟੀਵੀ ਪਰ ਯੂਟਿਊਬ ਪਰ ਸਰਚ ਕਰੇ ਅਮਰ ਉਜਾਲਾ, ਚੈਨਲ ਸਬਸਕ੍ਰਾਈਬ ਕਰੇ ਔਰ ਦੇਖੇ ਤਾਜ਼ਾ ਖਬਰੇ, ਵੋ ਵੀ HD ਕੁਆਲਿਟੀ ਮੇ, ਔਰ ਹਾਂ ਬੈਲ ਆਇਕਨ ਦਬਾਨਾ ਨਾ ਭੁੱਲੇ, ਤਾਕਿ ਹਰ ਖਬਰ ਹੋ ਆਪਕੇ ਘਰ। ਅਮਰ ਉਜਾਲਾ, ਨਿਸ਼ਪਕਸ਼, ਨਿਰਭੀ, ਨਿਰੰਤਰ।